ਸਤਿ ਸ਼੍ਰੀ ਅਕਾਲ ਜੀ, ਪੀਡੀਸੀ ਸਟਾਰ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਯੰਗ ਵੀਰ ਦੇ ਵੱਲੋਂ ਬਹੁਤ ਬਹੁਤ ਵੈਲਕਮ ਹੈ ਜੀ। ਅੱਛਾ, ਇੱਕ ਗੱਲ ਸੁਣ ਕੇ ਜ਼ਰਾ, ਜਿਹਦੇ ਵਾਸਤੇ ਘਰ ਦੇ ਵੱਖਰਾ ਮੰਜਾ ਨਹੀਂ ਸੀ ਡਾਉਂਦੇ, ਜਿਹਦੇ ਵਾਸਤੇ ਘਰ ਦੇ ਵੱਖਰਾ ਪੱਖਾ ਨਹੀਂ ਸੀ ਚਲਾਉਂਦੇ, ਜਿਹਨੂੰ ਘਰ ਦੇ ਕਹਿੰਦੇ ਸੀ ਰੋਟੀ ਹੁਣੇ ਹੁਣੇ ਖਾ ਲਾ, ਬਾਅਦ 'ਚ ਤੈਨੂੰ ਵੱਖਰੇ ਨੂੰ ਪਾ ਕੇ ਨਹੀਂ ਦੇਣੀ, ਅੱਜ ਕੱਲ੍ਹ ਉਹ ਵੀ ਬੰਦਾ ਕਹਿੰਦਾ ਵੀ ਮੇਰਾ ਵੱਖਰਾ ਸਵੈਗ ਅਤੇ ਉਹਦੀ ਵਜ੍ਹਾ ਸਿਰਫ ਇੱਕੋ ਬੰਦਾ ਅੱਜ ਪੀਡੀਸੀ ਸਟਾਰ ਲਾਈਵ 'ਚ ਆਪਣੇ ਨਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਵਿੰਦਰ ਭਾਅ ਜੀ, ਵੈਲਕਮ ਹੈ ਤੁਹਾਡਾ ਬਹੁਤ ਬਹੁਤ। ਥੈਂਕ ਯੂ ਸੋ ਮਚ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ, ਪੀਟੀਸੀ ਸਟਾਰ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਆ ਬਾਤ ਹੈ ਭਾਈ, ਮਤਲਬ ਇੰਨਾ ਬੇਸ 'ਚ ਤੁਸੀਂ ਬੋਲਦੇ ਹੋ, ਇੰਨਾ ਹੀ ਬੇਸ 'ਚ ਤੁਸੀਂ ਵੱਖਰਾ ਸਵੈਗ ਗਾਣਾ ਗਾਇਆ, ਹੈ ਨਾ ਜੀ? ਜੀ ਜੀ। ਵੱਖਰਾ ਸਵੈਗ ਗਾਣੇ ਤੋਂ ਬਾਅਦ ਇੱਕ ਹਿਊਜ ਤੁਹਾਨੂੰ ਸਕਸੈਸ ਮਿਲੀ, ਉਸ ਤੋਂ ਬਾਅਦ ਆਪਣਾ ਵੱਖਰਾ ਸਵੈਗ ਕਰਨ ਦਾ ਕਿੰਨਾ ਕੁ ਪ੍ਰੈਸ਼ਰ ਸੀਗਾ? ਆਪਣਾ ਮਤਲਬ ਆਪਣਾ ਨੋਰਮਲ ਲਾਈਫ ਦੇ ਵਿੱਚ ਵੱਖਰਾ ਸਵੈਗ ਜਿਹੜਾ ਸੀਗਾ? ਮੈਂ ਸ਼ੁਰੂ ਤੋਂ ਲੱਗ ਜਾ ਰਿਹਾ ਕਿ ਰਾਜੀ ਸੀਗਾ ਜੀ, ਮੈਂ ਥੋੜ੍ਹਾ ਜਿਹਾ ਡਿਫਰੈਂਟ ਵੀ ਸੀਗਾ ਅਤੇ ਥੋੜ੍ਹਾ ਜਿਹਾ ਵੱਖਰਾ ਵੀ। ਮੈਨੂੰ ਕਾਲਜ 'ਚ ਵੀ ਕਹਿੰਦੇ ਹੁੰਦੇ ਸੀਗੇ ਕਿ ਹਾਂ ਵੀ ਪਤਾ ਨਹੀਂ ਕਿਉਂ ਲੱਗ ਜਾ ਤੁਰਿਆ ਫਿਰਦਾ ਰਹਿੰਦਾ ਕਿ ਮਤਲਬ ਕਿਸੇ ਨੂੰ ਬਹੁਤਾ ਬੁਲਾਉਂਦਾ ਚਲਾਉਂਦਾ ਜਾਂ ਨਹੀਂ, ਪਤਾ ਨਹੀਂ ਕਿਉਂ, ਜਾਂ ਤਾਂ ਬਹੁਤਾ ਹਵਾ ਕਰਦਾ, ਹੈ ਨਾ? ਅਤੇ ਪਰ ਉੱਦਾਂ ਦਾ ਨਹੀਂ ਹੁੰਦਾ ਸੀਗਾ, ਮੈਂ ਨਾ ਬਹੁਤ ਘੱਟ ਮਿਲ ਜੁਲਦਾ, ਮਤਲਬ ਨਾ ਮੈਂ ਹਰੇਕ ਬੰਦੇ ਦੇ ਨਾਲ ਖੁੱਲਦਾ ਜਾਂ ਨਹੀਂ ਹੈਗਾ ਮੈਨੂੰ ਲੱਗਦਾ, ਅਤੇ ਪਰ ਜਦੋਂ ਖੁੱਲ੍ਹ ਜਾਂਦਾ ਫਿਰ ਬਹੁਤ ਖੁੱਲ੍ਹਦਾ, ਅਤੇ ਉਹਦੇ ਕਰਕੇ ਅਸੀਂ ਗਾਣਾ ਬਣਾਇਆ ਸੀਗਾ ਨਵੀ ਨਾ, ਮਤਲਬ ਨਵੀ ਕੰਬੋਜ ਹੈ ਨਾ ਜਿਹਨੇ ਗਾਣਾ ਲਿਖਿਆ ਸੀਗਾ, ਅਤੇ ਮੈਂ ਰਾਤ ਨੂੰ ਫੋਨ ਕਰਕੇ ਕਿਹਾ ਸੀ ਵੀਰੇ ਨੂੰ, ਮੈਂ ਕਿਹਾ ਵੀਰੇ ਕੋਈ ਵੱਖਰਾ ਜਿਹਾ ਗਾਣਾ ਲਿਖਣਾ। ਓਕੇ। ਅਤੇ ਉਹ ਅਗਲੇ ਦਿਨ ਜਦੋਂ ਸਵੇਰੇ ਮੈਨੂੰ ਇੱਕ ਇਕਾਂਤਰਾ ਲਿਖਿਆ ਆਇਆ ਅਤੇ ਉਹ ਸੀਗਾ ਕਿ ਵੱਖਰਾ ਸਵੈਗ, ਮੈਂ ਕਹਿੰਦਾ ਮੈਂ ਵੱਖਰਾ ਸਵੈਗ ਲਿਖਤਾ, ਤੂੰ ਵੱਖਰਾ ਜਿਹਾ ਗਾਣਾ, ਕਹਿੰਦਾ ਸੀਗਾ ਮੈਂ ਵੱਖਰਾ ਸਵੈਗ ਬਣਾਤਾ। ਮੈਂ ਕਿਹਾ ਚਲੋ ਵਧੀਆ ਦੇਖਦੇ ਹਾਂ ਜਦੋਂ, ਅਤੇ ਫਿਰ ਉਹਦੀ ਕੰਪੋਜੀਸ਼ਨ ਵੀ ਕੁਛ ਇੱਦਾਂ ਦੀ ਸੀਗੀ ਕਿ ਮਤਲਬ ਮਿੱਠਾ ਜਿਹਾ ਗਾਣਾ ਅਤੇ ਹੌਲੀ ਹੌਲੀ ਗਾਉਣਾ, ਹੈ ਨਾ, ਅਤੇ ਵਧੀਆ ਰਿਹਾ। ਬਿਲਕੁਲ ਭਾਅ ਜੀ, ਜਿੱਦਾਂ ਜਿੱਦਾਂ ਗਾਣਾ ਸੁਣੀ ਜਾਂਦੇ ਵੱਖਰਾ ਸਵੈਗ, ਉੱਦਾਂ ਉੱਦਾਂ ਹੀ ਹੋਰ ਵਧੀਆ ਲੱਗੀ ਜਾਂਦਾ, ਜਿੱਦਾਂ ਨਾ ਤਰੋ ਤਾਜ਼ਾ ਹੋਈ ਜਾਂਦਾ ਗਾਣਾ, 100 million ਦੇ ਆਸ ਪਾਸ ਯੂਟਿਊਬ 'ਤੇ ਵੀ ਪਹੁੰਚ ਗਿਆ। ਮਤਲਬ ਇੰਨਾ ਜਦੋਂ ਬਣਾਇਆ ਸੀ ਗਾਣਾ, ਕੀ ਤੁਸੀਂ ਇੰਨਾ ਮਤਲਬ ਸੋਚਿਆ ਸੀਗਾ ਵੀ ਇੱਥੇ ਤੱਕ ਪਹੁੰਚ ਜੂ ਗਾਣਾ? ਇੱਦਾਂ ਨਹੀਂ ਸੀ ਸੋਚਿਆ ਕਿ ਇੰਨਾ ਪਹੁੰਚ ਜੂਗਾ, ਪਰ ਸਾਨੂੰ ਇੰਨਾ ਕੁ ਜ਼ਰੂਰ ਸੀਗਾ ਕਿ ਜੇ ਚੱਲੂਗਾ ਤਾਂ ਇਹ 'ਚੋਂ ਨੁਕਸ ਨਹੀਂ ਲੱਭਣਾ, ਅਤੇ ਜੇ ਨਾ ਚੱਲਿਆ ਫਿਰ ਮਤਲਬ ਪਤਾ ਵੀ ਨਹੀਂ ਲੱਗਣਾ ਕਿ ਆਇਆ ਸੀ ਅਤੇ ਚਲਾ ਵੀ ਗਿਆ। ਓਕੇ। ਇੱਦਾਂ ਜ਼ਰੂਰ ਪਤਾ ਸੀਗਾ ਸਾਨੂੰ। ਬਿਲਕੁਲ। ਅਤੇ ਬਾਦਸ਼ਾਹ ਭਾਅ ਜੀ ਦਾ ਜੋ ਇਹਦੇ ਵਿੱਚ ਕੰਟਰੀਬਿਊਸ਼ਨ ਸੀਗਾ, ਉਹਦੇ ਬਾਰੇ ਦੱਸੋ ਵੀ ਉਹਨਾਂ ਨੇ ਕਿੱਦਾਂ ਇਸ ਗਾਣੇ ਨੂੰ ਹਿੱਟ ਬਣਾਉਣ ਦੇ ਵਿੱਚ ਤੁਹਾਡਾ ਸਾਥ ਦਿੱਤਾ। ਦਿੱਤਾ, ਥੋੜ੍ਹਾ ਬਹੁਤ ਰੈਪ ਕੀਤਾ, ਅਤੇ ਮਤਲਬ ਫਿਰ ਮਿਊਜ਼ਿਕ ਸੀਗਾ ਬਾਦਸ਼ਾਹ ਦਾ ਮਿਊਜ਼ਿਕ ਸੀਗਾ, ਅਤੇ ਵਧੀਆ ਸੀਗਾ। ਓਕੇ। ਭਾਅ ਜੀ, ਗਾਣਾ ਆਇਆ ਤੂੰ ਮੇਰੀ ਕੀ ਲੱਗਦੀ, ਜਿਹੜਾ ਰੀਸੈਂਟ ਤੁਹਾਡਾ ਆਇਆ, ਬਹੁਤ ਅੱਛਾ ਜਾ ਰਿਹਾ, ਮਤਲਬ 24 lakh ਦੇ ਆਸ ਪਾਸ ਵਿਊਜ਼ ਵੀ ਹੋ ਗਏ ਯੂਟਿਊਬ 'ਤੇ, ਹਾਂਜੀ, ਹੈ ਨਾ? ਸੋ ਤੂੰ ਮੇਰੀ ਕੀ ਲੱਗਦੀ, ਮਤਲਬ ਐਡਾ ਵੱਡਾ ਸਟਾਰ ਬਣ ਕੇ ਵੀ ਤੁਹਾਨੂੰ ਪੁੱਛਣ ਦੀ ਲੋੜ ਪੈਂਦੀ ਹੈ ਤੂੰ ਮੇਰੀ ਕੀ ਲੱਗਦੀ? ਨਹੀਂ, ਮਤਲਬ ਜਦੋਂ ਵੀ ਕੋਈ ਸਟਾਰ ਮਤਲਬ ਵੱਡਾ ਛੋਟਾ ਤਾਂ ਚਲੋ ਹੁੰਦਾ ਨਹੀਂ, ਹੈ ਨਾ, ਅਸੀਂ ਜਿਹੜਾ ਕੰਮ ਕਰਨਾ ਹੁੰਦਾ ਮੈਨੂੰ ਲੱਗਦਾ ਕਿ ਉਹ ਸਾਡੀ ਆਡੀਅੰਸ ਦੇ ਲਈ ਕਰਨਾ ਹੁੰਦਾ, ਕਿ ਸਾਡੇ ਫੈਨਸ ਲਈ ਕਰਨਾ ਹੁੰਦਾ, ਕਿ ਮਤਲਬ ਇੱਕ ਜੇ ਤੁਹਾਨੂੰ ਕੋਈ ਸੁਣਦਾ ਤਾਂ ਇੱਕ ਸਾਰੇ ਬੰਦਿਆਂ ਦੇ ਲਈ ਕਰਨਾ ਹੁੰਦਾ, ਹੈ ਨਾ? ਅਤੇ ਪਹਿਲਾਂ ਅਸੀਂ ਯਾਰ ਦੀ ਗੱਲ ਕੀਤੀ, ਅੱਤ ਤੇਰਾ ਯਾਰ ਕੀਤਾ, ਵੱਖਰਾ ਸਵੈ ਕੀਤਾ, ਉਹ ਵੀ ਯਾਰਾਂ 'ਤੇ ਸੀ, ਇੱਕ ਮੇਰਾ ਪਹਿਲਾਂ ਵੀ ਗਾਣਾ ਸੀਗਾ ਯਾਰਾਂ ਨੂੰ, ਅਤੇ ਉਹ ਵੀ ਯਾਰਾਂ 'ਤੇ ਸੀਗਾ, ਅਤੇ ਕੁੜੀਆਂ ਦੇ ਲਈ ਮਤਲਬ ਕੋਈ ਗਾਣਾ ਨਹੀਂ ਸੀਗਾ, ਹੈ ਨਾ, ਕਿ ਮਤਲਬ ਕੋਈ ਮਿੱਠਾ ਜਿਹਾ ਗਾਣਾ ਨਹੀਂ ਸੀਗਾ ਮੇਰੀ ਆਵਾਜ਼ 'ਚ। ਮੈਂ ਗਾਉਂਦਾ ਮਤਲਬ ਸ਼ੁਰੂ ਤੋਂ ਮੈਂ ਗਾਉਂਦਾ ਹੁੰਦਾ ਸੀਗਾ, ਅਮਰਿੰਦਰ ਗਿੱਲ ਨੂੰ ਵੀ ਗਾਇਆ, ਹੈ ਨਾ, ਮਤਲਬ ਉਹ ਬਾਈ ਹੁਣ ਸਾਰੇ ਮਿੱਠੇ ਗਾਣੇ ਗਾਉਂਦੇ, ਹੈ ਨਾ, ਅਤੇ ਮੇਰੇ ਅੰਦਰੋਂ ਵੀ ਬਹੁਤ ਹੁੰਦਾ ਸੀਗਾ ਕਿ ਮੈਂ ਮਿੱਠਾ ਜਿਹਾ ਗਾਣਾ ਕਰਾਂ, ਅਤੇ ਉਹਦੇ ਲਈ ਅਸੀਂ ਤਾਂ ਕਰਕੇ ਮੈਨੂੰ ਲੱਗਦਾ ਅਸੀਂ ਬਣਾਇਆ ਸੀਗਾ ਕਿ ਤੂੰ ਮੇਰੀ ਕੀ ਲੱਗਦੀ, ਇਹ ਮਿੱਠਾ ਜਿਹਾ ਗਾਣਾ। ਅੱਛਾ ਭਾਅ ਜੀ, ਮੋਸਟ ਪਾਪੂਲਰ ਸੌਂਗ ਆਫ ਦਾ ਈਅਰ ਦਾ ਅਵਾਰਡ ਮਿਲਿਆ ਸੀ ਪੀਡੀਸੀ ਮਿਊਜ਼ਿਕ ਅਵਾਰਡ ਦੇ ਵਿੱਚ, ਹੈ ਨਾ, ਜੀ, ਵੱਖਰਾ ਸਵੈਗ ਨੂੰ। ਹਾਂਜੀ। ਸੋ ਮਤਲਬ ਇੱਕ ਸੁਪਨਾ ਪੂਰਾ ਹੋਇਆ ਉਦੋਂ ਫੀਲ ਹੋਇਆ ਸੀ? ਹਾਂਜੀ, ਮਤਲਬ ਜਦੋਂ ਛੋਟਾ ਜਿਹਾ ਸੀਗਾ ਨਾ, ਉਦੋਂ ਦੇਖਦਾ ਹੁੰਦਾ ਸੀ ਪੀਟੀਸੀ ਅਵਾਰਡ ਆਉਂਦੇ ਹੁੰਦੇ, ਹੈ ਨਾ, ਅਤੇ ਕਿ ਯਾਰ ਮੈਂ ਬੋਲੂੰਗਾ ਜਾ ਕੇ ਅਤੇ ਮੈਨੂੰ ਘਬਰਾਹਟ ਤਾਂ ਨਹੀਂ ਹੋਊਗੀ ਕਿਤੇ, ਲੱਤਾਂ ਤਾਂ ਨਹੀਂ ਕੰਬਣਗੀਆਂ ਤਾਂ ਨਹੀਂ, ਮਤਲਬ ਜਦੋਂ ਵੀ ਸਟੇਜ 'ਤੇ ਚੜ੍ਹਦਾ, ਹੈ ਨਾ, ਬੱਚਾ ਤਾਂ ਇੱਕ ਮਤਲਬ ਇੱਕ ਹੁਣ ਉਹ ਤਾਂ ਵੱਡਾ ਹੋ ਗਿਆ ਸੀਗਾ ਹੁਣ ਤਾਂ ਚਲੋ, ਅਤੇ ਮੈਨੂੰ ਬੜਾ ਮਾਣ ਜਿਹਾ ਮਹਿਸੂਸ ਹੋਇਆ ਕਿ ਨਹੀਂ ਯਾਰ, ਮਤਲਬ ਕਲਾਕਾਰ ਦੀ ਕਿਤੇ ਐਮ ਉਹ ਤਾਂ ਪੈਂਦੀ ਆ, ਕੀ ਕਹਿੰਦੇ ਹੁੰਦੇ ਉਹਨੂੰ ਪੰਜਾਬੀ 'ਚ, ਹਾਂ ਇਹ ਪੈਂਦੀ ਆ, ਅਤੇ ਉੱਥੇ ਆ ਕੇ ਬੜਾ ਵਧੀਆ ਲੱਗਾ ਕਿ ਹਾਂ ਜਿਹਨੂੰ ਦੇਖਦਾ ਦੇਖਦਾ ਇੱਥੇ ਤੱਕ ਪਹੁੰਚਿਆ, ਹੈ ਨਾ, ਕਿ ਅੱਜ ਮੈਨੂੰ ਵੀ ਅਵਾਰਡ ਮਿਲ ਰਿਹਾ, ਕਿ ਮਾਣ ਜਿਹਾ ਮਹਿਸੂਸ ਹੁੰਦਾ। ਅੱਛਾ ਭਾਅ ਜੀ, ਤੁਸੀਂ ਐਮ ਬੀ ਏ ਕੀਤਾ ਹੋਇਆ ਫਾਈਨਾਂਸ ਦੇ ਵਿੱਚ, ਹਾਂਜੀ, ਹੈ ਨਾ, ਸੋ ਐਡਾ ਜ਼ਿਆਦਾ ਗੈਪ ਮਤਲਬ ਮਿਊਜ਼ਿਕ ਇੰਡਸਟਰੀ ਦਾ ਤਾਂ ਮਤਲਬ ਕੋਈ ਵਾਸਤਾ ਹੀ ਨਹੀਂ ਹੈਗਾ ਉਹਦੇ ਨਾਲ, ਸੋ ਐਮ ਬੀ ਏ ਕਿਤੇ ਕਿਤੇ ਕੰਮ ਆਉਂਦੀ ਹੈ ਮਿਊਜ਼ਿਕ ਇੰਡਸਟਰੀ 'ਚ ਕਿ ਨਹੀਂ? ਬਹੁਤ ਕੰਮ ਆਉਂਦੀ ਹੈ, ਮੈਨੂੰ ਤਾਂ ਕੰਪਨੀਆਂ ਨਾਲ ਟ੍ਰੀਟ ਕਿੱਦਾਂ ਕਰਦੀਆਂ, ਹੈ ਨਾ, ਮਤਲਬ ਸਟਾਰਾਂ ਨੂੰ, ਅਤੇ ਮਤਲਬ ਤੁਸੀਂ ਕਹਿ ਲਓ ਕਿ ਸਾਰੇ ਕਲਾਕਾਰਾਂ ਨੂੰ, ਕਿ ਕੋਈ ਵੀ ਮਤਲਬ ਚਾਹੁੰਦਾ ਨਹੀਂ ਹੁੰਦਾ ਕਿ ਅਗਲਾ ਕਹਿੰਦਾ ਬਸ ਇਹਨੂੰ ਲੁੱਟ ਲਈਏ ਜੀ ਆ ਜਾਣ ਦੇ ਜਿਹੜਾ ਆਉਂਦਾ, ਹੈ ਨਾ, ਸਾਡੇ ਕੋਲ, ਅਤੇ ਉਹ ਮੈਨੂੰ ਲੱਗਦਾ ਮੇਰੀ ਮਤਲਬ ਪਹਿਲਾਂ ਵੀ ਪੁੱਛਿਆ ਸੀ ਕਿਸੇ ਨੇ ਕਿ ਐਮ ਬੀ ਏ ਦਾ ਤੇਰਾ ਕੀ ਫਾਇਦਾ ਹੋਇਆ ਤੇਰੀ ਕੀਤੀ ਦਾ, ਹੈ ਨਾ, ਮਤਲਬ ਘਰ ਵੀ ਪੁੱਛਦੇ ਹੁੰਦੇ ਕਿ ਹਾਂ ਤੂੰ ਗਾਉਣ ਲੱਗ ਗਿਆ, ਕਿ ਜਿਹੜੀ ਪੜ੍ਹਾਈ ਕੀਤੀ ਆ ਉਹਦਾ ਕੋਈ ਮਤਲਬ ਹੈਗਾ ਕੋਈ
ਮੈਂ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕਰਦਾ ਹੁੰਦਾ ਸੀਗਾ ਆਪਣੇ ਅਤੇ ਉਦੋਂ ਬਾਅਦ 'ਚ ਇੱਧਰ ਆ ਗਏ। ਬਿਲਕੁਲ। ਅੱਛਾ ਭਾਅ ਜੀ, ਬੇਸਿਕਲੀ ਤੁਸੀਂ ਥੋੜ੍ਹਾ ਖੁੱਲ੍ਹਾ ਗਾਉਣਾ ਪਸੰਦ ਕਰਦੇ ਹੋ। ਹਾਂਜੀ। ਬਟ ਜਿਹੜਾ ਵੱਖਰਾ ਸਵੈਗ ਸੀਗਾ ਥੋੜ੍ਹਾ ਲੋਅ ਨੋਟ 'ਤੇ ਸੀਗਾ ਜੀ, ਹੈ ਨਾ, ਸੋ ਉਹਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਫਿਰ ਉਸ ਤੋਂ ਬਾਅਦ ਤੁਸੀਂ ਅੱਤ ਤੇਰਾ ਯਾਰ, ਉਹ ਬਿਲਕੁਲ ਡਿਫਰੈਂਟ ਗਾਇਆ, ਹੈ ਨਾ। ਸੋ ਮਤਲਬ ਕਿਤੇ ਨਾ ਕਿਤੇ ਇਹ ਸੀਗਾ ਕਿ ਕੁਛ ਡਿਫਰੈਂਟ ਕਰਨਾ ਆ ਕਿ ਉਹੀ ਸੀਗਾ ਵੀ ਘੁੰਮ ਫਿਰ ਕੇ ਆ ਕੇ ਮਤਲਬ ਜਿਹੜਾ ਹਾਈ ਨੋਟ ਆ ਉੱਤੇ ਆਈਏ? ਨਹੀਂ, ਮਤਲਬ ਵੱਖਰਾ ਸਵੈਗ ਮੈਂ ਸ਼ੁਰੂਆਤ ਉੱਥੋਂ ਕੀਤੀ ਹੈ ਨਾ, ਅਤੇ ਮੈਂ ਇੱਕ ਗਾਣੇ ਦੇ ਵਿੱਚ ਸਾਰਾ ਕੁਛ ਨਹੀਂ ਦਿਖਾ ਸਕਦਾ, ਹੈ ਨਾ। ਹੋਰ ਇੱਦਾਂ ਦੀਆਂ ਹੋਰ ਵੀ ਮਤਲਬ ਜਿਹੜੀਆਂ ਆਉਣ ਵਾਲੀਆਂ ਤੁਸੀਂ ਮੇਰੇ ਆਉਣ ਵਾਲੇ ਗਾਣੇ ਸੁਣੋਗੇ ਨਾ, ਉਹਦੇ 'ਚ ਮੈਂ ਅਲੱਗ ਅਲੱਗ ਤਰ੍ਹਾਂ ਨਾਲ ਗਾਉਂਦਾ ਦੇਖੂੰਗਾ। ਤੁਹਾਨੂੰ ਹਿੰਦੀ 'ਚ ਗਾਉਂਦਾ ਵੀ ਮਿਲੂੰਗਾ, ਅਤੇ ਮਤਲਬ ਕੁਛ ਕੁ ਲਾਈਨਾਂ ਇੰਗਲਿਸ਼ ਦੀਆਂ ਹੋਣਗੀਆਂ, ਉਹ ਵੀ ਗਾਉਂਦਾ ਮਿਲੂੰਗਾ, ਅਤੇ ਮਤਲਬ ਉੱਚੀ ਵੀ ਗਾਊਂਗਾ ਅਤੇ ਨੀਵਾਂ ਵੀ ਗਾਊਂਗਾ, ਹੈ ਨਾ, ਵਿੱਚ ਵਿਚਾਲਾ ਜੇ ਕਿਤੇ ਹੋਇਆ ਉਹ ਵੀ ਗਾਊਂਗਾ। ਅਤੇ ਮੈਨੂੰ ਹਮੇਸ਼ਾ ਨਾ ਇੱਦਾਂ ਹੁੰਦਾ ਕਿ ਮੈਂ ਹਰ ਵਾਰੀ ਕੋਈ ਨਵੀਂ ਚੀਜ਼ ਕਰਾਂ, ਕਿ ਜ਼ਰੂਰੀ ਨਹੀਂ ਕਿ ਇੱਕ ਚੀਜ਼ ਤੁਹਾਡੀ ਹਿੱਟ ਹੋ ਗਈ ਅਤੇ ਉਹਦੇ ਵਾਂਗੂ ਕੁਛ ਹੋਰ ਬਣਾ ਲਓ, ਹੈ ਨਾ। ਅਤੇ ਮੈਨੂੰ ਬੜਾ ਜੀ ਕਰਦਾ ਹੁੰਦਾ ਕਿ ਮੇਰਾ ਗਾਣਾ ਮੇਰੇ ਗਾਣੇ ਤੋਂ ਅਲੱਗ ਹੋਵੇ ਅਗਲਾ, ਜ਼ਰੂਰੀ ਨਹੀਂ ਕਿ ਉਹੀ ਚੀਜ਼ ਹੋਵੇ। ਤਾਂ ਭਾਜੀ ਹੁਣ ਆਪਾਂ ਕੁਛ ਅਲੱਗ ਕਰਦੇ ਹਾਂ, ਹੈ ਨਾ, ਲਾਈਵ ਹਾਂ ਆਪਾਂ ਇਸ ਟਾਈਮ, ਅਤੇ ਭਾਜੀ ਵੱਖਰਾ ਸਵੈਗ ਨੂੰ ਹਾਈ ਨੋਟ 'ਤੇ ਗਾਉਣ ਦੀ ਕੋਸ਼ਿਸ਼ ਕਰਦੇ, ਥੋੜ੍ਹਾ ਐਕਸਪੈਰੀਮੈਂਟ ਕਰਦੇ। ਹੋ ਬਣਦੀ ਆ ਘੈਂਟ ਜੱਟੀ, ਤੂੰ ਵੀ ਫੈਸ਼ਨਾਂ ਨੇ ਪੱਟੀ ਚੁੱਕੀ, ਫਿਰ ਆਲਡੋ ਦਾ ਬੈਗ ਨੀ, ਆ ਜਾ ਦੱਸਾਂ ਤੈਨੂੰ ਸੋਹਣੀਏ ਨੀ, ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ, ਉਹ ਵੱਖਰਾ ਸਵੈਗ ਨੀ। ਆਹਾ, ਕਿਆ ਬਾਤ। ਅੱਛਾ ਭਾਜੀ, ਜਿਹੜਾ ਵੱਖਰਾ ਸਵੈਗ ਸੀਗਾ 7 ਸਤੰਬਰ ਨੂੰ ਰਿਲੀਜ਼ ਹੋਇਆ ਸੀ, ਹੈ ਨਾ। ਫਿਰ ਉਸ ਤੋਂ ਬਾਅਦ ਜਿਹੜਾ ਅੱਤ ਤੇਰਾ ਯਾਰ ਅਗਲੇ ਸਾਲ 7 ਸਤੰਬਰ ਨੂੰ ਰਿਲੀਜ਼ ਹੋਇਆ। ਹਾਂਜੀ ਭਾਜੀ, ਇਸ ਹਿਸਾਬ ਨਾਲ ਤੁਸੀਂ ਐਲਬਮ ਕਰਨ ਨੂੰ 8 ਸਾਲ ਲਾਓਗੇ? ਵਧੀਆ, ਮੈਨੂੰ ਲੱਗਦਾ 8 ਸਾਲ ਕੰਮ ਕਰੂੰਗਾ। ਮਤਲਬ ਇੱਦਾਂ ਨਹੀਂ ਸੀਗਾ ਜੀ, ਕਿਉਂਕਿ ਮੈਨੂੰ ਨਾ ਮਿਊਜ਼ਿਕ ਦੇ ਬਾਰੇ ਇੰਨਾ ਨਹੀਂ ਸੀ ਪਤਾ, ਇੰਨਾ ਮਤਲਬ ਜੁੜਿਆ ਨਹੀਂ ਸੀ, ਜਿੱਦਾਂ ਆਪਾਂ MBA ਤੋਂ ਬਾਅਦ ਮੈਂ ਸਿੱਧਾ ਮਿਊਜ਼ਿਕ ਦੇ ਵਿੱਚ ਆ ਗਿਆ, ਹੈ ਨਾ। ਅਤੇ ਮੈਨੂੰ ਨਹੀਂ ਸੀ ਪਤਾ ਹੁੰਦਾ ਕਿ ਮੈਂ ਕਿੱਦਾਂ ਗਾ ਸਕਦਾ। ਮੈਨੂੰ ਲੱਗਦਾ ਮੈਂ ਆਪਣੇ ਆਪ ਲਈ ਉਹ ਟਾਈਮ ਕੱਢਿਆ ਕਿ ਗਾਣਾ ਆ ਗਿਆ, ਹਿੱਟ ਹੋ ਗਿਆ, ਦਿਮਾਗ 'ਤੇ ਨਹੀਂ ਚੜਿਆ ਕਿ ਹਾਂ ਵੀ ਤੂੰ ਮਤਲਬ ਗਾਣਾ ਹਿੱਟ ਹੋ ਗਿਆ ਅਤੇ ਚੱਲ ਗਿਆ, ਹੈ ਨਾ। ਮੈਨੂੰ ਸੀਗਾ ਅੱਗੇ ਵੀ ਕੁਛ ਕਰਨਾ, ਹੈ ਨਾ। ਅਤੇ ਉਹ ਸਾਲ ਮੈਂ ਆਪਣੇ ਜਿਹੜੇ ਹੋਰ ਗਾਣੇ ਸੀਗੇ ਉਹਨਾਂ 'ਤੇ ਲਾਇਆ, ਅਤੇ ਮਤਲਬ ਸਿੱਖਿਆ ਕਿ ਕੀ ਕਰਨਾ ਅੱਗੇ, ਹੈ ਨਾ, ਅਰਬਨ ਮਿਊਜ਼ਿਕ ਕੀ ਹੁੰਦਾ, ਦੇਸੀ ਮਿਊਜ਼ਿਕ ਕੀ ਹੁੰਦਾ, ਮੈਂ ਕੀ ਗਾਉਂਦਾ ਸੀ ਅਤੇ ਅੱਗੇ ਮੈਂ ਕੀ ਕਰਨਾ। ਬਿਲਕੁਲ। ਅਤੇ ਉਹਦੇ ਲਈ ਥੋੜ੍ਹਾ ਜਿਹਾ ਮੈਨੂੰ ਤਾਂ ਲੱਗਦਾ ਕਿ ਟਾਈਮ ਚਾਹੀਦਾ ਸੀਗਾ, ਤਾਂ ਹੀ ਉਸ 1 ਸਾਲ ਪੈ ਗਿਆ ਸੀਗਾ। ਬਿਲਕੁਲ। ਔਰ ਭਾਅ ਜੀ, ਜਦੋਂ ਮਤਲਬ ਮੰਨ ਲਓ ਪਹਿਲਾ ਗਾਣਾ ਨਾ ਹਿੱਟ ਹੋਵੇ, ਫਿਰ ਤਾਂ ਪ੍ਰੈਸ਼ਰ ਹੁੰਦਾ ਵੀ ਦੂਜਾ ਗਾਣਾ ਹਿੱਟ ਕਰਾਉਣਾ, ਬਟ ਜਦੋਂ ਪਹਿਲਾ ਗਾਣਾ ਬਲੋਕਬਸਟਰ ਹੋ ਜਾਵੇ, ਪਰ ਉਸ ਤੋਂ ਬਾਅਦ ਪ੍ਰੈਸ਼ਰ ਹੁੰਦਾ ਵੀ ਇਹਨੂੰ ਇਸ ਤੋਂ ਉੱਪਰ ਕਿੱਦਾਂ ਲੈ ਕੇ ਜਾਣਾ, ਹੈ ਨਾ। ਸੋ ਇਹ ਕਿੰਨਾ ਕੁ ਪ੍ਰੈਸ਼ਰ ਸੀਗਾ ਤੇ ਤੇਰਾ ਯਾਰ ਦੇ ਟਾਈਮ ਤੇ? ਪ੍ਰੈਸ਼ਰ ਸੀਗਾ, ਮਤਲਬ ਕਿਉਂਕਿ ਹੁਣ ਜਿੱਦਾਂ ਉਹ ਸਾਲ ਦੇ ਵਿੱਚ ਮਿਊਜ਼ਿਕ ਜੇ ਨਾ ਬਣਦਾ, ਹੈ ਨਾ, ਪ੍ਰੋਪਰ ਉੱਦਾਂ ਦਾ ਨਾ, ਮਤਲਬ ਹਿਸਾਬ ਕਿਤਾਬ ਪਤਾ ਲੱਗਦਾ ਕਿ ਹਾਂ ਯਾਰ ਤੁਸੀਂ ਕੀ ਕਰਤਾ ਪਿੱਛੇ, ਹੈ ਨਾ। ਕੇਵਲ ਐਡਾ ਗਾਣਾ ਹਿੱਟ ਦਿੱਤਾ ਕਿ ਛੋਟੀ ਚੀਜ਼ ਤਾਂ ਦੇ ਨਹੀਂ ਸਕਦਾ, ਹੈ ਨਾ। ਮਤਲਬ ਹੁੰਦਾ ਪ੍ਰੈਸ਼ਰ ਬਹੁਤ ਹੁੰਦਾ ਹਰ ਗਾਣੇ 'ਤੇ ਹੁੰਦਾ ਕਿ, ਕਿਉਂਕਿ ਇੰਨੀ ਮਿਹਨਤ ਲੱਗਦੀ ਹੈ ਨਾ ਇੱਕ ਗਾਣੇ 'ਤੇ, ਅਤੇ ਇੱਦਾਂ ਹੁੰਦਾ ਕਿ ਜੇ ਕਿਤੇ ਮੈਨੂੰ ਨਾ ਸੁਣਿਆ ਕਿਸੇ ਨੇ ਅਗਲੇ ਗਾਣਾ, ਯਾਰ ਇਹ ਤਾਂ ਮਤਲਬ ਐਵੇਂ ਹੀ ਆ, ਹੈ ਨਾ। ਅਤੇ ਮਤਲਬ ਉਹ ਕਲਾਕਾਰ ਦੀ ਸਾਰੀ ਮਿਹਨਤ ਰਹਿ ਜਾਂਦੀ ਹੈ ਵਿਚਾਰੇ ਦੀ, ਕਿ ਮਤਲਬ ਬਹੁਤ ਦਿਨ ਲੱਗਦੇ ਆ ਗਾਣਾ ਬਣਾਉਣ 'ਤੇ। ਬਿਲਕੁਲ। ਅਤੇ ਇੱਦਾਂ ਪ੍ਰੈਸ਼ਰ ਹੁੰਦਾ, ਅਤੇ ਪਰ ਮੈਨੂੰ ਨਹੀਂ ਸੀਗਾ, ਮੈਨੂੰ ਲੱਗਦਾ ਬਹੁਤਾ, ਕਿਉਂਕਿ ਮੈਨੂੰ ਸੀਗਾ ਮੈਂ ਇੱਕ ਉਹ 'ਚ ਮੈਂ ਇੱਕ ਵੋਕਲ 'ਚ ਗਾਇਆ ਸੀ, ਇਹ 'ਚ ਮੈਂ 2 ਵੋਕਲਾਂ ਹੋਰ ਦਿਖਾਉਣੀ ਇਹੋ ਜਿਹੇ, ਕਿਉਂਕਿ ਗਾਉਣਾ ਮੈਨੂੰ ਲੱਗਦਾ ਕਿ ਦੱਸਣਾ ਪੈਂਦਾ ਕਿ ਹਾਂ ਵੀ ਗੰਦਾ ਗਾ ਰਿਹਾ ਕੁਛ। ਬਿਲਕੁਲ। ਅਤੇ ਉਨੀ ਕੁ ਅਸੀਂ ਡਬਲ ਮਿਹਨਤ ਲਾਤੀ ਸੀ ਜਿੰਨੀ ਵੱਖਰਾ ਸਵਾਗ ਤੇ ਲਾਈ ਸੀ, ਅੱਤ ਤੇਰੇ ਯਾਰ 'ਚ ਉਨੀ ਹੋਰ ਲਾਤੀ ਸੀ, ਔਰ ਉਹਨੂੰ ਵੀ ਪਿਆਰ ਉਨਾ ਹੀ ਮਿਲਿਆ, ਉਨਾ ਹੀ ਮਿਲਿਆ ਜੀ। ਅੱਛਾ ਭਾਜੀ, ਜੇ ਗੱਲ ਕਰੀਏ ਵੀ ਜਿੱਦਾਂ ਕਈ ਵਾਰੀ ਆਪਾਂ ਮੈਟਰ ਸਿਲੈਕਟ ਕਰਦੇ ਹੁੰਦੇ, ਜਿੱਦਾਂ ਗਾਣਾ ਸਿਲੈਕਟ ਕਰਦੇ ਹਾਂ, ਹਾਂਜੀ, ਯਾਰਾਂ ਦੋਸਤਾਂ ਵੱਲੋਂ ਕਿੰਨਾ ਕੁ ਕ੍ਰਿਟਿਸਿਜ਼ਮ ਮਿਲਦਾ? ਕਈ ਵਾਰੀ ਆਪਣੀ ਚੀਜ਼ ਯਾਰਾਂ ਦੋਸਤਾਂ ਨੂੰ ਨਹੀਂ ਪਸੰਦ ਆਉਂਦੀ, ਕਈ ਵਾਰੀ ਉਹਨਾਂ ਦੀ ਆਪਾਂ ਨੂੰ ਨਹੀਂ ਪਸੰਦ ਆਉਂਦੀ? ਨਹੀਂ, ਮਤਲਬ ਅਸੀਂ ਨਾ ਜਿਹੜੇ ਵੀ ਮੇਰੇ ਗਾਣੇ ਸੀਗੇ ਕਿ ਆਲਰੇਡੀ ਉਹ ਮੈਨੂੰ ਲੱਗਦਾ ਜਦੋਂ ਮੈਂ ਪੜ੍ਹਦਾ ਹੁੰਦਾ ਸੀਗਾ ਨਾ, ਉਦੋਂ ਕੁਛ ਨਾ ਕੁਛ ਅਸੀਂ ਸਿਲੈਕਟ ਕਰਦੇ ਰਹਿੰਦੇ ਹੁੰਦੇ ਸੀ, ਜਿੱਦਾਂ ਕਿ ਪਤਾ ਹੁੰਦਾ ਕਿ ਗਾਉਣ ਲੱਗਣਾ, ਹੈ ਨਾ। ਕਿਉਂਕਿ ਅਸੀਂ ਰੂਮ ਦੇ ਵਿੱਚ ਜਦੋਂ ਵੀ ਚੰਡੀਗੜ੍ਹ ਰਹਿੰਦਾ ਸੀਗਾ, ਮੈਂ ਚੰਡੀਗੜ੍ਹ ਆਇਆ ਸੀਗਾ ਮੈਂ MBA ਕਰਨ, ਅਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਪਿੰਡ ਜਾ ਹੀ ਨਹੀਂ ਹੋਇਆ ਵਾਪਸ, ਹੈ ਨਾ, ਚੱਜ ਨਾਲ ਹੁਣ ਜਾਣਾ ਮੰਮੀ ਡੈਡੀ ਨੂੰ ਮਿਲ ਕੇ ਵਾਪਸ ਆ ਜਾਣਾ, ਹੈ ਨਾ। ਅਤੇ ਫਿਰ ਮਤਲਬ ਉਦੋਂ ਅਸੀਂ ਨਾ ਸਿਲੈਕਟ ਕਰਨ ਲੱਗ ਗਏ ਸੀਗੇ, ਹਜੇ ਮੇਰਾ ਕਿ ਮਤਲਬ ਪੰਜਾਬ ਇੱਕ ਮੇਰਾ ਦੇਸੀ ਮਿਊਜ਼ਿਕ ਜਿਹੜਾ ਸੀਗਾ ਕਿ ਸਾਰਾ ਮਤਲਬ ਜਿਹਦੇ 'ਚ ਅਸੀਂ ਸਾਰੇ ਲਾਈਵ ਇੰਸਟਰੂਮੈਂਟ ਸੀਗੇ ਕਿ ਢੋਲ ਢੋਲਕੀ, ਹੈ ਨਾ, ਅਤੇ ਸਾਰੇ ਮਤਲਬ ਤਬਲਾ, ਉਹ ਸਾਰੇ ਅਸੀਂ ਲਾਈਵ ਇੰਸਟਰੂਮੈਂਟ, ਉਹ ਮੇਰੀ ਇੱਕ ਐਲਬਮ ਬਣਾ ਕੇ ਰੱਖ ਰੱਖੀ ਹੈ ਜੀ, ਉਹ ਮਤਲਬ ਉਹਦਾ ਸੋਚਿਆ ਵੀ ਨਹੀਂ ਗਿਆ ਕਿ ਕਦੋਂ ਆਊਗਾ, ਹੈ ਨਾ। ਅਤੇ ਅਸੀਂ ਉਹ ਸਿਲੈਕਟ ਪਹਿਲਾਂ ਹੀ ਕਰ ਰੱਖਿਆ ਸੀਗਾ, ਨਵੀ ਨੇ, ਹਰਜੀਤ ਬਰਾੜ ਮੇਰਾ ਇੱਕ ਫਰੈਂਡ, ਉਹ ਵੀ ਗਾਣੇ ਲਿਖਦਾ, ਹੈ ਨਾ, ਅਤੇ ਨਵੀ ਕੰਬੋਜ ਹੋ ਗਿਆ, ਅਤੇ ਹੋਰ ਇੱਕ ਨਵਦੀਪ ਕਦੋਂ ਹੋ ਗਿਆ, ਉਹ ਅਸੀਂ ਸਾਰਿਆਂ ਨੇ ਕਾਫੀ ਮਤਲਬ ਸਿਲੈਕਟ ਕਰਕੇ ਰੱਖ ਰੱਖੇ ਸੀਗੇ ਆਲਰੇਡੀ ਕਾਫੀ ਟਾਈਮ ਤੋਂ ਪਹਿਲਾਂ। ਓਕੇ ਭਾਜੀ, ਬਾਣੀ ਜੇ ਜਦੋਂ ਤੁਸੀਂ ਗਾਣੇ ਦੇ ਵਿੱਚ ਲੈ ਕੇ ਆਏ ਅੱਤ ਤੇਰਾ ਯਾਰ, ਨਾ, ਹਾਂਜੀ, ਜਦੋਂ ਇਹਨਾਂ ਨੂੰ ਸਿਲੈਕਟ ਕੀਤਾ ਸੀਗਾ, ਇਹ ਆਈਡੀਆ ਕਿਹਨਾਂ ਦਾ ਸੀਗਾ? ਬਾਣੀ ਜੇ ਮਤਲਬ ਉਹ ਕੁੜੀ ਦਾ ਐਟੀਟਿਊਡ ਮੈਨੂੰ
ਇੱਕ ਪੰਜਾਬੀ ਗਾਣੇ ਦੇ ਵਿੱਚ ਪੰਜਾਬ ਪਹਿਲਾਂ ਪੰਜਾਬੀ ਫਿਲਮ ਦੇ ਵਿੱਚ ਆਈ ਸੀ ਹੈ ਨਾ ਹਨੀ ਸਿੰਘ ਨਾਲ, ਅਤੇ ਫਿਰ ਮੈਨੂੰ ਸੀਗਾ ਕਿ ਹਾਂ ਇਹ ਆਪਾਂ ਇਹ ਰੱਖ ਸਕਦੇ ਹਾਂ, ਕਿਉਂਕਿ ਗਾਣੇ ਦਾ ਇੱਕ ਐਟੀਟਿਊਡ ਵਾਲਾ ਗਾਣਾ ਸੀ, ਗਾਣੇ ਦਾ ਫੀਲ ਵੀ, ਗਾਣੇ ਦੀ ਵਾਈਬ ਵੀ ਉੱਦਾਂ ਦੀ ਸੀਗੀ ਕਿ ਮਤਲਬ ਗੁੱਸੇ ਜਿਹੇ ਵਾਲਾ ਗਾਣਾ ਸੀਗਾ ਥੋੜ੍ਹਾ ਜਿਹਾ, ਅਤੇ ਉਹ ਮੈਨੂੰ ਲੱਗਦਾ ਸੀ ਉਹ ਵਧੀਆ ਨਿਭਾਊਗੀ। ਤਾਂ ਰੋਬੀ ਭਾਅ ਜੀ ਜਿਨ੍ਹਾਂ ਨੇ ਵੀਡੀਓ ਕੀਤਾ ਸੀਗਾ, ਉਹਨਾਂ ਦੀ ਵੀ ਮਤਲਬ ਸਲਾਹ ਸਾਡੀ ਸਾਰਿਆਂ ਦੀ ਇਕੱਠੀ ਹੁੰਦੀ ਸੀਗੀ ਅਤੇ ਕੀ ਕਰਨਾ। ਅੱਛਾ ਭਾਅ ਜੀ ਮੈਂ ਇੱਕ ਚੀਜ਼ ਨੋਟ ਕਰ ਰਿਹਾ ਭਾਅ ਜੀ, ਤੁਹਾਡਾ ਪੈਰ ਬਹੁਤ ਵੱਡਾ, ਬੂਟ ਕਿੰਨੇ ਨੰਬਰ ਦਾ ਭਾਅ ਜੀ? 10 ਨੰਬਰ ਵੀਰੇ, 10 ਨੰਬਰ ਦਾ। ਇਹ ਤੁਹਾਡਾ ਵੱਖਰਾ ਸਵੈਗ ਨਹੀਂ, ਪੈਰ ਵੀ ਤੁਹਾਡਾ ਦੁਨੀਆ ਤੋਂ ਵੱਖਰਾ ਹੀ ਨਹੀਂ, ਇਹਦਾ ਮਤਲਬ ਹੁੰਦਾ ਹੀ ਆ ਸਾਰਿਆਂ ਦਾ। ਅੱਛਾ ਭਾਅ ਜੀ ਵੱਖਰਾ ਸਵੈਗ ਗਾਣਾ ਜਿਹੜਾ ਹੈ ਨਾ, ਹਾਂਜੀ, ਉਸ ਤੋਂ ਬਾਅਦ ਹਿਊਜ ਸਕਸੈਸ ਤੋਂ ਬਾਅਦ ਫਿਰ ਅੱਤ ਤੇਰਾ ਯਾਰ, ਹੁਣ ਤੂੰ ਮੇਰੀ ਕੀ ਲੱਗਦੀ, 3 ਗਾਣੇ ਤੁਹਾਡੇ ਨੋਰਮਲੀ ਆ ਚੁੱਕੇ, ਬਟ ਇੱਕ ਗਾਣਾ ਸੀਗਾ ਸੱਜਣਾ ਵੇ ਸੱਜਣਾ, ਹਾਂਜੀ, ਜਿਹਨੂੰ ਤੁਸੀਂ ਆਪਣੇ ਅੰਦਾਜ਼ 'ਚ ਗਾਇਆ, ਉਹ ਗਾਉਂਦੇ ਗਾਉਂਦੇ ਆਪਾਂ ਹੁਣ ਬ੍ਰੇਕ 'ਤੇ ਜਾਵਾਂਗੇ। ਤੁਹਾਨੂੰ ਵਧੀਆ ਲੱਗਾ? ਮੈਨੂੰ ਬਹੁਤ ਵਧੀਆ, ਥੈਂਕ ਯੂ ਸੋ ਮਚ। ਹੋ ਸੱਜਣਾ ਵੇ ਸੱਜਣਾ, ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ, ਕਿੰਨੀ ਚੰਗੀ ਲੱਗਦੀ ਦੁਪਹਿਰ, ਫਿਰ ਵੀ ਪਤਾ ਨਹੀਂ ਕਾਤੋਂ ਮੋਹ ਜਿਹਾ ਆਈ ਜਾਂਦਾ, ਭਾਵੇਂ ਸਾਡੇ ਸੜ ਗਏ ਨੇ ਪੈਰ, ਭਾਵੇਂ ਸਾਡੇ ਪੁੱਜ ਗਏ ਨੇ ਪੈਰ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਸ ਪੀਡੀਸੀ ਸਟਾਰ ਲਾਈਵ ਦੇ ਵਿੱਚ ਹੁਣ ਟਾਈਮ ਹੋ ਚੁੱਕਾ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ, ਗੱਲਾਂ ਬਾਤਾਂ ਇਸੇ ਤਰ੍ਹਾਂ ਕੰਟੀਨਿਊ ਕਰਦੇ ਹਾਂ ਜੀ ਵੱਖਰੇ ਸਵੈਗ ਵਾਲੇ ਬੰਦੇ ਨਵਿੰਦਰ ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਪੀਡੀਸੀ ਸਟਾਰ ਲਾਈਵ ਦੇ ਵਿੱਚ ਬਹੁਤ ਬਹੁਤ ਵੈਲਕਮ ਹੈ ਜੀ। ਗੱਲਾਂ ਬਾਤਾਂ ਚੱਲ ਰਹੀਆਂ ਨੇ ਅੱਜ ਬਹੁਤ ਹੀ ਵੱਖਰੇ ਜਿਹੇ ਬੰਦੇ, ਵੱਖਰੇ ਸਵੈਗ ਵਾਲੇ ਬੰਦੇ ਨਵਿੰਦਰ ਬਾਈ ਦੇ ਨਾਲ। ਅੱਛਾ ਭਾਅ ਜੀ, ਨਵ ਅਤੇ ਨਵੀ ਯਾਨੀ ਨਵੀ ਕੰਬੋਜ, ਹਾਂਜੀ, ਇਹ ਖਾਸ ਐਸੋਸੀਏਸ਼ਨ ਕਿਵੇਂ ਬਣੀ, ਉਹਦੇ ਬਾਰੇ ਦੱਸੋ। ਮਤਲਬ ਅਸੀਂ ਜਦੋਂ ਇੱਥੇ ਚੰਡੀਗੜ੍ਹ, ਮੈਂ ਦੱਸਦੇ ਸੀ ਕਿ ਚੰਡੀਗੜ੍ਹ ਰਹਿੰਦੇ ਹੁੰਦੇ ਸੀ ਹੈ ਨਾ, ਅਤੇ ਨਵੀ ਦਾ ਇੱਕ ਗਾਣਾ ਆਇਆ ਸੀਗਾ ਪ੍ਰੇਮ ਕਹਾਣੀ, ਅਤੇ ਮੇਰਾ ਵੀ ਉਦੋਂ ਇੱਕ ਗਾਣਾ ਆਇਆ ਸੀ ਯੂਟਿਊਬ 'ਤੇ। ਸਾਡਾ ਇੱਕ ਕੰਪਨੀ ਹੈ ਨਾ, ਮਤਲਬ ਥੋੜ੍ਹਾ ਜਿਹਾ ਰੌਲਾ ਰਹਿੰਦਾ ਸੀਗਾ ਸ਼ੁਰੂ ਤੋਂ ਹੀ ਰਿਹਾ, ਹੁਣ ਵੀ ਹੈਗਾ ਥੋੜ੍ਹਾ ਬਹੁਤ ਹੈ ਨਾ, ਅਤੇ ਮਤਲਬ ਨਵੀ ਨੂੰ ਵੀ ਕਿਸੇ ਕੰਪਨੀ ਨੇ ਮਤਲਬ ਡਿਚ ਕੀਤਾ ਸੀਗਾ, ਅਤੇ ਮੈਨੂੰ ਵੀ ਹੈ ਨਾ ਕਿ ਇਹ ਕੰਪਨੀ ਨੇ ਤੰਗ ਕਰਦੇ ਸੀਗੇ, ਅਤੇ ਫਿਰ ਉਦੋਂ ਬਾਅਦ ਸਾਡਾ ਇੱਕ ਕੋਮਨ ਫਰੈਂਡ ਹੁੰਦਾ ਸੀਗਾ, ਉਹਨੇ ਸਾਨੂੰ ਮਿਲਾਇਆ ਸੀ, ਉਸ ਤੋਂ ਬਾਅਦ ਅਸੀਂ ਇਕੱਠੇ ਹਾਂ। ਓਕੇ, ਮਤਲਬ ਉਦੋਂ ਦੇ ਅਸੀਂ ਹੁਣ ਤਾਂ ਮਤਲਬ 5-6 ਸਾਲ ਹੋ ਗਏ ਸਾਨੂੰ, ਅਤੇ ਮਤਲਬ ਸਾਰੇ ਗਾਣੇ ਉਹਨਾਂ ਨਾਲ ਹੈ ਨਾ ਭਾਜੀ, ਸਾਰੇ ਗਾਣੇ ਵੱਖਰਾ ਸਵੈਗ ਵੀ ਉਹਨਾਂ ਦਾ ਹੈ ਨਾ, ਉਸ ਤੋਂ ਬਾਅਦ ਹੱਥ ਤੇਰਾ ਯਾਰ ਵੀ ਉਹਨਾਂ ਦਾ, ਅਤੇ ਫਿਰ ਤੂੰ ਮੇਰੀ ਕੀ ਲੱਗਦੀ, ਮਤਲਬ ਹੁਣ ਸਾਡੀ ਇੰਨੀ ਕੁ ਬਣਦੀ ਆ, ਮੈਨੂੰ ਲੱਗਦਾ ਕਿ ਹਾਂ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ ਪੈਂਦੀ, ਹੋਰ ਮਤਲਬ ਰਾਈਟਰ ਦੀ ਲੋੜ ਹੀ ਨਹੀਂ ਪੈਂਦੀ। ਬਿਲਕੁਲ। ਅੱਛਾ ਭਾਅ ਜੀ ਤੂੰ ਮੇਰੀ ਕੀ ਲੱਗਦੀ ਗਾਣਾ ਆ, ਕਦੀ ਵੈਸੇ ਉੱਦਾਂ ਕਿਸੇ ਨੂੰ ਪੁੱਛਿਆ ਕਦੀ ਕਿਸੇ ਟਾਈਮ 'ਤੇ ਤੂੰ ਮੇਰੀ ਕੀ ਲੱਗਦੀ? ਨਹੀਂ ਜੀ, ਮੈਨੂੰ ਲੱਗਦਾ ਨਹੀਂ ਮੈਂ ਪੁੱਛਿਆ ਹੋਣਾ ਕਦੇ ਕਿਸੇ ਨੂੰ ਭਾਅ ਜੀ, ਮਤਲਬ ਇੰਨੇ ਜ਼ਿਆਦਾ ਮਤਲਬ ਕਦੀ ਨਹੀਂ। ਮੈਂ ਉੱਦਾਂ ਮਤਲਬ ਕੁੜੀ ਫਰੈਂਡਸ ਹੁੰਦੀਆਂ ਸੀਗੀਆਂ ਕਾਲਜ ਦੇ ਵਿੱਚ, ਬਹੁਤ ਹੁੰਦੀਆਂ ਸੀ, ਮਤਲਬ ਇੱਦਾਂ ਦੇ ਕੋਲ ਕਦੇ ਸੀਨ ਨਹੀਂ ਹੋਇਆ ਕਿ ਮਤਲਬ ਕਿਤੇ, ਕਿਉਂਕਿ ਅਸੀਂ 6 ਮਹੀਨੇ ਪਹਿਲਾਂ ਹੀ ਗਾਣਾ ਬਣਾਇਆ ਨਾ, ਅਤੇ ਪਤਾ ਵੀ ਨਹੀਂ ਸੀਗਾ ਕਿ ਮਤਲਬ ਇੱਦਾਂ ਦੀ ਕੋਈ ਲਾਈਨ ਵੀ ਬਣਾ ਸਕਦੇ ਹਾਂ, ਅਤੇ ਸੋਚਿਆ ਨਹੀਂ ਸੀਗਾ ਪਹਿਲਾਂ। ਭਾਅ ਜੀ ਅੱਜ ਜਿੰਨੀ ਫੀਮੇਲ ਫੈਨ ਫੋਲੋਇੰਗ ਮਿਲਦੀ ਆ, ਹਾਂਜੀ, ਜਦੋਂ ਕਾਲਜ ਦੇ ਵਿੱਚ ਪਰਫੋਰਮ ਕਰਦੇ ਸੀ ਉਦੋਂ ਵੀ ਇੰਨੀ ਸੀਗੀ? ਮੈਂ ਸ਼ੁਰੂ ਕੀਤਾ ਸੀਗਾ ਕਾਲਜ ਤੋਂ ਹੀ ਹੈ ਨਾ, ਕਿ ਮੈਂ ਲਾਸਟ ਸਮੈਸਟਰ ਦੇ ਵਿੱਚ ਪਰਫੋਰਮ ਕੀਤਾ ਸੀ ਚੰਡੀਗੜ੍ਹ ਯੂਨੀਵਰਸਿਟੀ, ਅਤੇ ਉਹ ਉੱਥੇ ਮੈਂ ਜਦੋਂ ਪਰਫੋਰਮ ਕੀਤਾ ਕਿ ਕਾਫੀ ਮਤਲਬ ਸ਼ੋਰ ਸ਼ਰਾਬਾ ਹੋਇਆ ਉੱਥੇ ਹੈ ਨਾ ਸਟੇਜ ਦੇ ਥੱਲੇ, ਕਿ ਮਤਲਬ ਮੈਨੂੰ ਲੱਗਾ ਕਿ ਹਾਂ ਯਾਰ ਇੱਕ ਵਾਰੀ ਗਾਣਾ ਤਾਂ ਗਾਉਣਾ ਚਾਹੀਦਾ ਤਾਂ ਹੈ, ਕਿ ਇੱਕ ਵਾਰੀ ਰਿਕਾਰਡ ਤਾਂ ਕਰਕੇ ਦੇਖੀਏ, ਕਿ ਇੰਨੇ ਲੋਕ ਪਿਆਰ ਕਰਦੇ ਆ ਜਦੋਂ, ਅਤੇ ਮਤਲਬ ਇੱਕ ਵਾਰੀ ਗਾਣਾ ਕੱਢ ਕੇ ਦੇਖਦੇ ਹਾਂ ਕਿ ਕੀ ਰਿਸਪੋਂਸ ਆਉਂਦਾ ਜੀ, ਅਤੇ ਉਸ ਤੋਂ ਬਾਅਦ ਰਿਸਪੋਂਸ ਦੀ ਗੱਲ ਕਰਦੇ ਭਾਅ ਜੀ, ਜਦੋਂ ਗਾਣੇ ਦਾ ਵਧੀਆ ਰਿਸਪੋਂਸ ਆਉਂਦਾ ਸਭ ਕੁਛ ਬਦਲ ਜਾਂਦਾ ਆਸੇ ਪਾਸੇ, ਯਾਰ ਦੋਸਤ ਰਿਸ਼ਤੇਦਾਰ ਹੈ ਨਾ, ਹਰ ਜਗ੍ਹਾ ਮਾਹੌਲ ਚੇਂਜ ਹੋ ਜਾਂਦਾ, ਜਦੋਂ 2-4 ਵੱਧ ਵੀ ਜਾਂਦੇ, ਯਾਰ ਦੋਸਤ ਵੀ ਵੱਧ ਜਾਂਦੇ, ਰਿਸ਼ਤੇਦਾਰ ਵੀ ਵੱਧ ਜਾਂਦੇ ਹੈ ਨਾ, ਅਤੇ 2-4 ਘੱਟ ਵੀ ਜਾਂਦੇ, ਘੱਟ ਵੀ ਜਾਂਦੇ। ਸਹੀ ਗੱਲ, ਉਹ ਹੋਇਆ ਤੁਹਾਡੇ ਨਾਲ ਵੀ? ਹਾਂ, ਮਤਲਬ ਫੋਨ 'ਤੇ ਆਉਂਦੇ ਹੁੰਦੇ ਕਿ ਹਾਂ ਵੀ ਮੈਂ ਮਾਸੀ ਬੋਲਦੀ ਹਾਂ ਤੇਰੀ, ਮੈਂ ਸੋਚਦਾ ਯਾਰ ਇਹ ਕੌਣ, ਮਤਲਬ ਮੇਰੀ ਮਾਸੀ ਤਾਂ ਲੁਧਿਆਣੇ ਆ, ਤੇ ਇਹ ਮਾਸੀ ਮੇਰੀ, ਮਤਲਬ ਗਾਣਾ ਹਿੱਟ ਹੋਣ ਤੋਂ ਬਾਅਦ ਮਾਸੀਆਂ ਨਵੀਆਂ ਬਣ ਵੀ ਜਾਂਦੀਆਂ। ਹਾਂ, ਇਦਾਂ ਹੁੰਦਾ ਹੁੰਦਾ। ਫੈਮਿਲੀ ਫੰਕਸ਼ਨ ਜਦੋਂ ਜਾਂਦੇ ਹੋ ਉਦੋਂ ਮਤਲਬ ਪਿਆਰ ਪਿਓਰ ਮਿਲਦਾ? ਬਹੁਤ ਪਿਆਰ ਮਿਲਦਾ ਬੱਚੇ, ਮਤਲਬ ਅੱਗੇ ਮੈਨੂੰ ਇਦਾਂ ਹੁੰਦਾ ਸੀ ਮੇਰੇ ਕੋਈ ਜਵਾਕ ਨਹੀਂ ਸੀ ਆਉਂਦਾ, ਅੱਗੇ ਦੇਖਣ ਨੂੰ ਇੱਦਾਂ ਲਾਦਾ ਕਿ ਹਾਂ ਭੈੜਾ ਜਿਹਾ ਲੱਗਦਾ ਹੈ ਨਾ। ਨਹੀਂ ਭਾਈ, ਨਹੀਂ, ਤੇ ਫਿਰ ਨਾ ਬੱਚੇ ਹੁਣ ਮੈਨੂੰ ਵਧੀਆ ਬਹੁਤ ਜ਼ਿਆਦਾ ਪਿਆਰ ਕਰਦੇ, ਬੱਚਿਆਂ ਨੇ ਵੱਖਰਾ ਸਵੈਗ ਬਹੁਤ ਲਾਈਕ ਕੀਤਾ ਵੈਸੇ। ਹਾਂ, ਵੱਖਰੇ ਸਵੈਗ ਵਾਲਾ ਚਾਚਾ ਆ ਗਿਆ, ਹੱਥ ਤੇਰਾ ਚਾਚਾ ਆ ਗਿਆ, ਮਤਲਬ ਮੈਨੂੰ ਵਧੀਆ ਲੱਗਦਾ। ਉਹਦੇ ਲਿਰਿਕਸ ਹੀ ਐਸੇ ਆ ਵੀ ਮਤਲਬ ਉਹ ਹਰ ਬੱਚੇ ਦੀ ਜ਼ੁਬਾਨ ਤੇ ਵੀ ਚੜ ਗਏ ਉਹਦੇ ਲਿਰਿਕਸ। ਹਾਂਜੀ, ਹਾਂ। ਅੱਛਾ ਭਾਅ ਜੀ, ਹੁਣ ਆਪਾਂ ਰੈਪਿਡ ਫਾਇਰ ਤੇ ਹੁੰਦੇ ਹਾਂ, ਇਹ ਰੈਪਿਡ ਤੁਹਾਡੇ ਗਾਣੇ ਦੇ ਵਿੱਚੋਂ ਹੀ ਗੱਡਿਆ ਵੱਖਰੇ ਸਵੈਗ ਚੋਂ ਹੀ, ਠੀਕ ਹੈ? ਕਿਸ ਗੱਲ ਤੇ ਭਾਜੀ ਅੜਦੀ ਹੈ ਤੁਹਾਡੀ ਗਰਾਰੀ? ਨਾ ਨਜਾਇਜ਼ ਕਰੀਏ ਨਾ ਸਹੀਏ, ਤੇ ਮਤਲਬ ਜੇ ਕੋਈ ਨਜਾਇਜ਼ ਹਵਾ ਕਰਦੇ ਤੇ ਆਪਣੇ ਤੋਂ ਨਹੀਂ ਸਹਿ ਹੁੰਦੀ। ਆਏ ਹੋਏ, ਕਿਹੜੀ ਗੱਲ ਤੁਹਾਡੀ ਹੈ ਮਾੜੀ? ਗੁੱਸਾ, ਗੁੱਸਾ ਆ ਜਾਂਦਾ ਕਦੀ ਕਦੀ, ਚੱਲਦੇ ਇੰਟਰਵਿਊ 'ਚ ਤਾਂ ਨਹੀਂ ਆਊਗਾ ਭਾਜੀ? ਨਹੀਂ ਨਹੀਂ, ਹੁਣ ਤਾਂ ਮੈਂ ਕਾਬੂ ਰੱਖੀਦਾ ਥੋੜ੍ਹਾ ਜਿਹਾ, ਘੱਟ ਕਰੀਦਾ। ਓਕੇ,
ਅੱਛਾ, ਕਿਸ ਕੰਮ ਲਈ ਤੁਸੀਂ ਆਪਣੀ ਜਿੰਦ ਵੀ ਵੇਚ ਸਕਦੇ ਹੋ? ਯਾਰੀ ਦੋਸਤੀ ਲਈ। ਓਕੇ, ਵੱਖਰਾ ਸਵੈਗ ਤੁਹਾਡੇ ਲਈ ਕੀ ਹੈ? ਵੱਖਰਾ ਸਵੈਗ ਮੇਰਾ ਗਾਣਾ ਨਹੀਂ, ਉਸ ਤੋਂ ਇਲਾਵਾ ਵੱਖਰਾ ਸਵੈਗ ਤੁਹਾਨੂੰ ਕੀ ਲੱਗਦਾ ਇੱਕ ਪਰਸਨ ਦੀ ਜ਼ਿੰਦਗੀ ਦੇ ਵਿੱਚ ਵੱਖਰਾ ਸਵੈਗ ਕੀ ਹੈ? ਵੱਖਰਾ ਸਵੈਗ ਮੈਨੂੰ ਲੱਗਦਾ ਹਰ ਬੰਦੇ ਦੇ ਵਿੱਚ ਹੁੰਦਾ, ਅਤੇ ਹਰੇਕ ਬੰਦੇ ਦੀ ਆਪਣੀ ਆਪਣੀ ਪਰਸਨੈਲਿਟੀ ਹੁੰਦੀ ਹੈ, ਅਤੇ ਉਹ ਬੰਦਾ ਉਹਦੇ 'ਤੇ ਕੰਮ ਕਰਨਾ ਚਾਹੀਦਾ, ਅਤੇ ਹਰੇਕ ਯੂਨੀਕ ਆ, ਹਰੇਕ ਵੱਖਰਾ। ਅੱਛਾ ਭਾਈ, ਕਿਸੇ ਨੇ ਤੁਹਾਡਾ ਹੱਕ ਕਦੀ ਖਾਧਾ? ਕੋਸ਼ਿਸ਼ ਕੀਤੀ ਹੈ ਪਰ ਮੈਂ ਖਾਣ ਨਹੀਂ ਦਿੰਦਾ। ਸਭ ਤੋਂ ਵੱਡਾ ਵਹਿਮ? ਸਭ ਤੋਂ ਵੱਡਾ ਵਹਿਮ ਮੇਰਾ ਕਿ ਮੈਨੂੰ ਆਪਣੇ ਆਪ 'ਤੇ, ਸਭ ਤੋਂ ਵੱਡਾ ਵਹਿਮ ਆਪਣੇ ਆਪ 'ਤੇ ਜਿਹੜਾ, ਸਭ ਤੋਂ ਵੱਡਾ ਵਹਿਮ ਇੱਦਾਂ ਦਾ ਕੋਈ ਹੈ ਤਾਂ ਨਹੀਂ, ਤੁਸੀਂ ਮਤਲਬ ਮੈਨੂੰ ਲੱਗਦਾ ਅੱਜ ਕੋਈ ਵਹਿਮ ਕਰਾਓਗੇ ਨਹੀਂ। ਕੋਈ ਵਹਿਮ ਕਰਦੇ ਹੋ ਜ਼ਿੰਦਗੀ ਦੇ ਵਿੱਚ ਕੁਛ ਗਾਣਾ ਸ਼ੁਰੂ ਕਰਨ ਤੋਂ ਪਹਿਲਾਂ, ਜਾਂ ਕਈ ਸੁਪਰਸਟੀਸ਼ਨਸ ਹੁੰਦੇ ਕਈਆਂ ਦੇ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਮੈਂ ਇੱਦਾਂ ਦਾ ਵਹਿਮ ਤਾਂ ਨਹੀਂ ਕਰਦਾ। ਪਰਮਾ ਚ ਬਿਲਕੁਲ ਯਕੀਨ ਮੈਂ ਜਮਾ ਨਹੀਂ, ਮੈਂ ਕਹਿੰਦਾ ਕੋਈ ਟੂਣਾ ਟਾਣਾ ਕੀਤਾ ਵੀ ਹੁੰਦਾ, ਮੈਂ ਕਹਿੰਦਾ ਉਹ ਕੋਈ ਨਹੀਂ, ਇਹਨੂੰ ਆਪਾਂ ਲੱਤ ਮਾਰਦੇ ਹਾਂ, ਉੱਦਾਂ ਦਾ ਹਿਸਾਬ ਹੈ ਕਿ ਮਤਲਬ ਮੈਨੂੰ ਨਹੀਂ ਲੱਗਦਾ ਕਿ ਹਾਂ ਕਿ ਇੱਦਾਂ ਦਾ ਕਰਨਾ ਵੀ ਚਾਹੀਦਾ ਕਿਸੇ ਨੂੰ ਵਹਿਮ। ਓਕੇ ਭਾਅ ਜੀ, ਕਦੀ ਕਿਸੇ ਨਾਲ ਨਜਾਇਜ਼ ਪੰਗਾ ਲਿਆ? ਨਹੀਂ, ਕਦੇ ਨਹੀਂ। ਤੇ ਜੇ ਕੋਈ ਲਵੇ? ਨਜਾਇਜ਼ ਸਿਆ ਕਦੇ ਨਹੀਂ, ਪਰ ਪੰਗਾ ਲਿਆ ਨਹੀਂ, ਤੇ ਨਾ ਸਿਆ, ਸਹਿਣਾ ਤਾਂ ਮੈਂ ਹੈ ਵੀ ਨਹੀਂ ਕਦੇ, ਮੈਨੂੰ ਲੱਗਦਾ ਉਹ ਤਾਂ ਤੁਹਾਡੀ ਸਿਹਤ ਦੇਖ ਕੇ ਲੱਗ ਵੀ ਰਿਹਾ ਪੂਰਾ। ਤੁਸੀਂ ਮੈਂ ਕਹਿੰਦੇ ਖਾਧੀਆਂ ਖੁਰਾਕਾਂ ਹੀ ਥੋੜ੍ਹੇ ਕੰਮ ਆਉਂਦੀਆਂ। ਅੱਛਾ ਭਾਅ ਜੀ, ਕੌਣ ਹੈ ਜੋ ਤੁਹਾਡੇ ਹਿਸਾਬ ਨਾਲ ਘੈਂਟ ਜੱਟੀ ਆ? ਦੀਪਿਕਾ ਪਾਦੂ। ਓਏ ਹੋਏ, ਜੱਟੀ ਆ ਕਹਿ ਦਿੰਦੇ ਆ, ਬਣਾ ਲੈਂਦੇ ਆ, ਤੁਹਾਡਾ ਬਣਾ ਲੈਂਦੇ ਆ, ਅਸੀਂ ਤਾਂ ਮੰਨੀ ਮੰਨ ਕੇ ਚੱਲੀਦਾ। ਅੱਛਾ ਭਾਅ ਜੀ, ਫੇਸਬੁੱਕ 'ਤੇ ਕਾਫੀ ਸਾਰੇ ਕੁਐਸਚਨਸ ਆਏ ਜਦੋਂ ਤੁਹਾਡਾ ਆਪਾਂ ਪੋਸਟਰ ਪਾਇਆ ਸੀ ਫੇਸਬੁੱਕ 'ਤੇ, ਕਾਫੀ ਸਾਰੇ ਜਿਹੜੇ ਤੁਹਾਡੇ ਫੈਨਸ ਨੇ ਉਹਨਾਂ ਨੇ ਕੁਐਸਚਨਸ ਪੁੱਛੇ ਸੀਗੇ, ਉਹ ਆਪਾਂ ਦੱਸਦੇ ਹਾਂ ਤੁਹਾਨੂੰ, ਹੁਣ ਤੁਸੀਂ ਉਹਨਾਂ ਦੇ ਇੱਕ ਇੱਕ ਕਰਕੇ ਜਵਾਬ ਦੇਣੇ, ਠੀਕ ਹੈ ਜੀ? ਸਭ ਤੋਂ ਪਹਿਲਾਂ ਸਾਜਨ ਚੌਧਰੀ ਇਹ ਪੁੱਛਦੇ ਆ ਜੀ, ਸਿੰਗਰ ਬਣਨ ਦਾ ਖੁਦ ਸੋਚਿਆ ਸੀ ਕਿ ਕਿਸੇ ਨੇ ਸਲਾਹ ਦਿੱਤੀ ਸੀ? ਸੋਚਿਆ ਨਹੀਂ ਸੀਗਾ, ਸਲਾਹ ਸੀਗੀ, ਯਾਰਾਂ ਦੋਸਤਾਂ ਨੇ ਬਹੁਤ ਪੁਸ਼ ਕੀਤਾ ਕਿ ਤੂੰ ਸਿੰਗਰ ਬਣਾ ਹੈ ਨਾ, ਕਿ ਤੈਨੂੰ ਇੰਨਾ ਮਤਲਬ ਸਾਰੇ ਪਿਆਰ ਕਰਦੇ, ਕਲਾਸ ਦੇ ਵਿੱਚ ਗਾਉਂਦਾ ਹੁੰਦਾ, ਸਕੂਲ 'ਚ ਗਾਉਂਦਾ ਹੁੰਦਾ ਸੀਗਾ, ਅਤੇ ਸਕੂਲ ਦੇ ਕੰਪੀਟੀਸ਼ਨ ਮਤਲਬ 6ਵੀਂ 7ਵੀਂ ਤੋਂ ਸ਼ੁਰੂ ਕਰ ਲਿਆ ਸੀਗਾ ਕਿ ਮੈਂ ਸਕੂਲ ਨੂੰ ਸਕੂਲ ਦੇ ਲਈ ਪਰਫੋਰਮ ਕਰਦਾ ਹੁੰਦਾ ਸੀਗਾ, ਅਤੇ ਫਿਰ ਇੱਕ ਵਾਰੀ MBA 'ਤੇ ਪਰਫੋਰਮ ਕੀਤਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਹਿਣਾ, ਸਮੈਸਟਰ ਦੇ ਵਿੱਚ ਪਰਫੋਰਮ ਕੀਤਾ ਲਾਸਟ, ਅਤੇ ਉਸ ਤੋਂ ਬਾਅਦ 'ਚ ਕਾਫੀ ਚੰਗਾ ਲੱਗਾ, ਉੱਥੇ ਰਿਸਪੋਂਸ ਬਹੁਤ ਵਧੀਆ ਮਿਲਿਆ, ਫਿਰ ਮੈਂ ਗਾਣਾ ਕਰਨਾ ਚਾਹੀਦਾ ਯਾਰ। ਰਵੀ ਬੇਈਮਾਨ, ਦੱਸੋ ਕੈਸਾ ਬੰਦਾ, ਨਾ ਹੀ ਰੱਖਿਆ ਬੇਈਮਾਨ, ਬਟ ਇਹਨਾਂ ਨੇ ਪੁੱਛਿਆ ਵੀ ਮੈਂ ਖੁਦ ਇੱਕ ਲਿਰਿਸਿਸਟ ਹਾਂ, ਕੋਈ ਸੌਂਗ ਹਿੱਟ ਹੋਣ ਲਈ ਜ਼ਿਆਦਾ ਜ਼ਰੂਰਤ ਕਿਹੜੀ ਚੀਜ਼ ਦੀ ਹੁੰਦੀ ਆ, ਪ੍ਰਮੋਸ਼ਨ ਦੀ ਜਾਂ ਕਿਸਮਤ ਦੀ? ਇੱਕ ਸੌਂਗ ਹਿੱਟ ਹੋਣ 'ਚ ਹਾਂਜੀ, ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਗਾਉਣਾ ਆਉਣਾ ਚਾਹੀਦਾ, ਅਤੇ ਉਸ ਤੋਂ ਬਾਅਦ ਜਿਹੜੀ ਉਹ ਲਿਖੀ ਚੀਜ਼ ਆ, ਜਿਹੜੀ ਉਹਦੇ ਲਿਰਿਕਸ ਨੇ ਹੈ ਨਾ, ਉਹਦੇ 'ਚ ਕੋਈ ਦਮ ਹੋਣਾ ਚਾਹੀਦਾ, ਮਤਲਬ ਐਵੇਂ ਕੋਈ ਮਤਲਬ ਐਦਾਂ ਨਹੀਂ ਕੁਛ ਵੀ ਗਾ ਦਿਉ, ਅਤੇ ਮਤਲਬ ਮੈਨੂੰ ਲੱਗਦਾ ਰੂਹ ਦੇ ਨਾਲ ਚੀਜ਼ ਕੀਤੀ ਹੁੰਦੀ ਹੈ, ਜਦੋਂ ਇੱਕ ਹਰ ਚੀਜ਼ ਦਾ, ਹੁਣ ਸਾਡੇ ਗਾਣੇ ਦੇਖੋ ਤੁਸੀਂ, ਹਰੇਕ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੁੰਦਾ ਕਿ ਬਾਬਾ ਜਿੱਥੇ ਵੀ ਉਹ ਰੱਖੇ ਖੁਸ਼ ਰਹੀਏ ਖਿੜੇ ਮੱਥੇ, ਹੈ ਨਾ, ਅਤੇ ਸੁੱਚੀ ਨੀਤ ਹੋਵੇ ਰੱਬ ਜਾਂਦਾ ਮਿਲ ਕੇ, ਮਤਲਬ ਸਾਫ਼ ਨੀਤ, ਨੀਤਾਂ ਨੂੰ ਮੁਰਾਦਾਂ ਮਿਲਦੀਆਂ ਜਿੱਦਾਂ ਕਹਿੰਦੇ ਹੁੰਦੇ ਸੀਗੇ, ਅਤੇ ਸਾਡਾ ਇਹੀ ਹੁੰਦਾ ਕਿ ਮਤਲਬ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਮਤਲਬ ਹੋਣਾ ਚਾਹੀਦਾ, ਅਤੇ ਇੱਕ ਗੱਲ ਹੋਣੀ ਚਾਹੀਦੀ ਹੈ ਜਿਹਦੇ ਲਈ ਅਸੀਂ ਗਾਣਾ ਬਣਾ ਰਹੇ ਹਾਂ, ਅਤੇ ਉਹ ਜ਼ਰੂਰੀ ਬਹੁਤ ਹੁੰਦੀ ਹੈ ਇੱਕ ਲਿਰਿਕਸ ਦੇ ਵਿੱਚ, ਮਤਲਬ ਇੰਪੋਰਟੈਂਟ ਹੈਗੇ ਆ ਕਿ ਮਤਲਬ ਲਿਰਿਕਸ ਦੀ ਇਹੀ ਇੱਕ ਹੈਗੀ ਆ ਨਾ, ਮਤਲਬ ਬਿਲਕੁਲ ਜ਼ਰੂਰੀ ਹੁੰਦਾ ਕਿ ਹਰੇਕ ਚੀਜ਼ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੋਵੇ ਅਤੇ ਬੰਦੇ ਨੂੰ ਗਾਉਣਾ ਆਉਣਾ ਚਾਹੀਦਾ ਹੋਵੇ। ਐਂਡ ਨਿਦਾ ਖਾਨ ਫਰੋਮ ਪਾਕਿਸਤਾਨ ਇਹ ਪੁੱਛਦੇ ਆ ਵੀ ਜਾਨੀ ਬੀ ਪ੍ਰਾਕ ਨਾਲ ਕੋਈ ਗੀਤ ਕਰਨ ਦਾ ਪਲਾਨ ਹੈਗਾ? ਜਾਨੀ ਇਜ਼ ਅ ਗੁੱਡ ਫਰੈਂਡ, ਮਤਲਬ ਅਜੇ ਕੋਈ ਪਲਾਨ ਨਹੀਂ ਹੈਗਾ, ਪਰ ਉਹਦਾ ਵਧੀਆ ਮਿੱਤਰ ਹੈ, ਅਤੇ ਦੇਖਦੇ ਹਾਂ ਹੋ ਸਕਦਾ ਕਿ ਕਦੇ ਹੋਵੇ। ਓਕੇ, ਇਹ ਨਿਦਾ ਖਾਨ ਪਾਕਿਸਤਾਨ ਤੋਂ ਬਹੁਤ ਫੋਲੋ ਕਰਦੇ ਨੇ, ਅੱਛਾ ਜੀ, ਖਾਸ ਕਰ ਪੰਜਾਬੀ ਸਿੰਗਰਸ ਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਨੇ, ਹਰ ਵਾਰੀ ਇਹਨਾਂ ਨੇ ਕੁਛ ਨਾ ਕੁਛ ਪੁੱਛਿਆ ਜ਼ਰੂਰ ਹੁੰਦਾ। ਥੈਂਕ ਯੂ ਨਿਦਾ, ਸਾਰਿਆਂ ਨੂੰ ਇੱਦਾਂ ਹੀ ਪਿਆਰ ਕਰਦੇ ਰਹੋ। ਐਂਡ ਰੀਤ ਧੀਮਾਨ ਜੀ ਇਹ ਪੁੱਛਦੇ ਨੇ ਵੀ, ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ, ਦੱਸ ਰਹੇ ਨੇ ਪਹਿਲਾਂ, ਇਹ ਕਹਿੰਦੇ ਵੀ ਫੀਮੇਲ ਓਰੀਐਂਟਡ ਜਿਹੜੇ ਬਾਹਲੀ ਸੈਡ ਸੌਂਗਸ ਹੁੰਦੇ ਆ, ਜਿਹ 'ਚ ਮਤਲਬ ਕੁਛ ਜ਼ਿਆਦਾ ਹੀ ਕੁੜੀਆਂ ਦੀਆਂ ਫੀਲਿੰਗਾਂ ਦੱਸੀਆਂ ਹੁੰਦੀਆਂ, ਉਹ ਕਦੋਂ ਕਰ ਰਹੇ ਹੋ? ਮੈਨੂੰ ਨਹੀਂ ਲੱਗਦਾ ਯਾਰ, ਮਤਲਬ ਇੰਨਾ ਕੋਈ ਸੋਚਿਆ ਹਜੇ, ਪਰ ਹੋ ਸਕਦਾ ਕਿ ਅੱਗੇ ਜਾ ਕੇ ਕੁਛ ਨਾ ਕੁਛ ਮਤਲਬ ਇੱਦਾਂ ਦਾ ਵੀ ਹੋਵੇ, ਅਤੇ ਹਜੇ ਕੋਈ ਪਲਾਨ ਨਹੀਂ, ਹਜੇ ਤਾਂ ਮੈਨੂੰ ਇੱਦਾਂ ਕਿ ਮੇਰੇ ਜਿਹੜੇ ਬਣਾ ਰੱਖੇ ਆ ਨਾ ਆਲਰੇਡੀ, ਕਿ ਉਹ ਮੈਂ ਇਸ ਸਾਲ ਜਿੱਦਾਂ ਸਾਲ ਦਾ ਗੈਪ ਪੈ ਗਿਆ, ਫਿਰ 6 ਮਹੀਨੇ ਦਾ ਗੈਪ ਪੈ ਗਿਆ, ਮੈਨੂੰ ਲੱਗਦਾ ਇਸ ਵਾਰੀ ਜਲਦੀ ਜਲਦੀ ਦਈਏ ਥੋੜ੍ਹਾ ਜਿਹਾ, ਇਸ ਵਾਰੀ ਜਲਦੀ ਜਲਦੀ, ਫਿਰ ਉਸ ਤੋਂ ਬਾਅਦ ਰੀਤ ਹੋਣਾ ਦੇ ਲਈ ਵੀ ਅਸੀਂ ਗਾਣਾ ਕਰਾਂਗੇ ਜ਼ਰੂਰ। ਸੁਖਪ੍ਰੀਤ ਜੀ ਪੁੱਛਦੇ ਆ ਵੀ ਮਿੱਤਰਾਂ ਦੀ ਕੋਈ ਹਾਸੀਆਂ ਖੇਡੀਆਂ ਵਾਲੀ ਯੂਨੀਕ ਗੱਲ ਜਿਹੜੀ ਯਾਦ ਹੋਵੇ। ਉਹ ਸਾਡੀਆਂ ਹਾਸੀਆਂ ਖੇਡੀਆਂ ਬਹੁਤ ਹੁੰਦੀਆਂ ਜੀ, ਮਤਲਬ ਜਦੋਂ ਇਕੱਠੇ ਬੈਠੇ ਹੁੰਦੇ ਆ ਯਾਰ ਦੋਸਤਾਂ, ਮਤਲਬ ਮਹਿਫਲਾਂ 'ਤੇ ਚੱਲਦੀਆਂ ਰਹਿੰਦੀਆਂ ਹਾਸਾ ਖੇਡਾਂ ਬਹੁਤ ਹੁੰਦਾ, ਕਿ ਇੱਦਾਂ ਦੀ ਗੱਲ ਜਦੋਂ ਕਾਲਜ 'ਚ ਪੜ੍ਹਦਾ ਸੀਗਾ, ਅਤੇ ਉਦੋਂ ਨਾ ਮਤਲਬ ਇੱਕ ਸਾਡੇ 'ਤੇ ਮਤਲਬ ਸਾਡਾ ਜੂਨੀਅਰ ਬੜੀ ਕਹਿੰਦਾ ਸੀਗਾ, ਕਹਿੰਦਾ ਜੀ ਅੱਜ
ਅੱਜ ਇਹਨਾਂ ਨਾਲ ਪੰਗਾ ਪਾਉਂਦੇ ਹਾਂ, ਹੈ ਨਾ। ਮਤਲਬ ਮੈਂ ਹੁੰਦਾ ਸੀ, ਮਤਲਬ ਐਮ ਬੀ ਏ ਦੇ ਵਿੱਚ ਲਾਸਟ 'ਚ ਸਾਡੀ ਸਾਰਿਆਂ ਨਾਲੋਂ ਵੱਡੀ ਕਲਾਸ ਹੁੰਦੀ ਸੀ ਨਾ, ਅਤੇ ਉਹ ਪਹਿਲਾਂ ਚਾਰ ਕੁ ਬੰਦੇ ਇਕੱਠੇ ਕੀਤੇ, ਹੈ ਨਾ। ਮੈਂ ਕਿਹਾ ਯਾਰ ਅੱਜ ਆਪਾਂ ਵੀ ਇਕੱਠ ਕਰਕੇ ਦਿਖਾਈ ਦੇਈਏ ਮਾੜਾ ਜਿਹਾ, ਹੈ ਨਾ। ਅਤੇ ਜਦੋਂ ਮਤਲਬ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਸਾਡੇ ਪਿੱਛੇ ਕਿੰਨੇ ਕੁ ਮੁੰਡੇ ਆ, ਹੈ ਨਾ, ਕਿ ਕਿੰਨੇ ਕੁ ਜਾਣਦੇ ਆ। ਅਤੇ ਜਦੋਂ ਮੈਂ ਆਪ ਦੇਖਿਆ ਨਾ ਮੁੜ ਕੇ, ਯਾਰ ਇੰਨਾ ਬੰਦਾ ਖੜਾ ਪਿੱਛੇ, ਮੈਂ ਕਿਹਾ ਉਹ ਬੰਦਾ ਮਾਰਨਾ ਥੋੜ੍ਹੀ ਹੈ, ਆਪਾਂ ਤਾਂ ਡਰਾਉਣਾ ਸੀ ਉਹਨੂੰ, ਹੈ ਨਾ। ਅਤੇ ਫਿਰ ਉਹ ਕਹਿੰਦਾ, ਮੈਂ ਕਿਹਾ ਉਹ ਫਿਰ ਮੰਨ ਗਿਆ ਕਿ ਹਾਂ ਬੰਦਾ ਠੀਕ ਹੈ। ਮਤਲਬ ਉੱਥੇ ਅਸੀਂ ਬਹੁਤ ਖੁਸ਼ ਹੋਏ ਕਿ ਯਾਰ ਇੰਨਾ ਬੰਦਾ ਪਿੱਛੇ। ਅਕਸਰ ਏਦਾਂ ਕਈ ਵਾਰੀ ਹੁੰਦਾ ਵੀ ਬੰਦਾ ਸੋਚਦਾ ਵੀ ਬੰਦੇ ਪਿੱਛੇ ਹੋਣਗੇ ਤੇ ਪਿੱਛੇ ਕੋਈ ਨਹੀਂ ਹੁੰਦਾ। ਏਦਾਂ ਵੀ ਹੋਇਆ ਸੀਗੇ, ਏਦਾਂ ਵੀ ਹੋਇਆ। ਮੈਂ ਅੱਗੇ ਮਤਲਬ ਕਿਸੇ ਨੇ ਕਿਹਾ ਵੀ ਅੱਜ ਇਹਨਾਂ ਨਾਲ ਪੰਗਾ ਪਾਉਂਦੇ ਆ, ਹੈ ਨਾ। ਮੈਂ ਉਹਦੀ ਗੱਲ, ਮੈਂ ਕਿਹਾ ਚੱਲ ਕੋਈ ਨਹੀਂ ਅੱਜ ਚੱਕਦੇ ਆ, ਕੋਈ ਟਾਈਮ ਚੱਕਦੇ ਆ ਬੰਦੇ ਦਾ। ਅਤੇ ਜਦੋਂ ਮੈਂ ਪਿੱਛੇ ਦੇਖਿਆ, ਹਾਂ ਯਾਰ ਕਿੱਧਰ ਚਲਾ ਗਿਆ ਬੰਦਾ, ਮੈਂ ਇਕੱਲਾ ਖੜਾ ਉੱਥੇ। ਮੈਂ ਹਾਂ ਵੀ ਕਿੱਦਾਂ ਕੀ ਹੋ ਗਿਆ, ਅਤੇ ਪਿੱਛੇ ਦੇਖਦਾ ਬੰਦਾ ਹੈ ਹੀ ਨਹੀਂ ਜਿਹੜਾ ਮੈਨੂੰ ਲੈ ਕੇ ਆਇਆ ਉੱਥੇ, ਹੈ ਨਾ। ਮੈਂ ਕਿਹਾ ਮੇਰਾ ਰੌਲਾ ਵੀ ਨਹੀਂ, ਮੈਂ ਵੀ ਸਰਦਾਰੀ ਕਰੀ ਜਾਂਦਾ ਵਾ, ਅਤੇ ਇੱਦਾਂ ਵਾ। ਪਰ ਬਾਈ ਤੁਸੀਂ ਇਕੱਲੇ ਬਹੁਤ ਹੋ। ਤੂੰ ਮੇਰੀ ਕੀ ਲੱਗਦੀ ਗਾਣਾ ਜਿਹੜਾ ਲੇਟੈਸਟ ਆਇਆ ਉਹ ਗਾਉਂਦੇ ਗਾਉਂਦੇ ਹੁਣ ਆਪਾਂ ਇਜਾਜ਼ਤ ਲਵਾਂਗੇ ਜੀ, ਕਿਉਂਕਿ ਜਾਣ ਦਾ ਟਾਈਮ ਹੋ ਚੁੱਕਾ, 30 ਮਿੰਟ ਸੀਗੇ ਖਤਮ ਹੋ ਚੁੱਕੇ ਆ, ਤੇ ਜਾਂਦੇ ਜਾਂਦੇ ਤੂੰ ਮੇਰੀ ਕੀ ਲੱਗਦੀ ਯਾਰ ਹੋ ਜਾਵੇ, ਜਲਦੀ ਮੁੱਕ ਗਿਆ ਗੱਲਾਂ ਬਾਤਾਂ। ਹੋ ਚਾਨਣੀ ਉਹ ਰਾਤ ਸੀ, ਉਹ ਪਹਿਲੀ ਮੁਲਾਕਾਤ ਸੀ, ਉਹ ਪੂਰੀ ਗੱਲਬਾਤ ਸੀ, ਉਹ ਪੈਂਦੀ ਬਰਸਾਤ ਸੀ, ਉਹ ਤੂੰ ਅੱਗ ਪਾਣੀਆਂ ਨੂੰ ਲਾਈ ਸੀ, ਅੱਗ ਪਾਣੀਆਂ ਨੂੰ ਨੀ ਤੂੰ ਮੈਨੂੰ ਕੀ ਕਰਤਾ, ਓਹੋ ਨਾ ਮੈਂ ਜੀਵਾਂ ਨਾ ਮੈਂ ਮਰਦਾ, ਓਹੋ ਨੀ ਤੂੰ ਮੇਰੀ ਕੀ ਲੱਗਦੀ ਸੋਹਣੀ, ਇਹ ਨੀ ਦਿਲ ਮੇਰਾ ਰਹਿੰਦਾ ਪੁੱਛਦਾ। ਕਿਆ ਬਾਤ ਹੈ ਜੀ, ਔਰ ਮੈਨੂੰ ਪੂਰਾ ਯਕੀਨ ਹੈ ਕਿ ਅਗਲੀ ਵਾਰੀ ਜਦੋਂ ਭਾਈ ਨਾਲ ਗੱਲਬਾਤ ਹੋਊਗੀ, ਭਾਈ ਨੂੰ ਪਤਾ ਲੱਗ ਗਿਆ ਹੋਊਗਾ ਤੂੰ ਮੇਰੀ ਕੀ ਲੱਗਦੀ। ਅਤੇ ਆਪਾਂ ਪੀ ਡੀ ਸੀ ਸਟਾਰ ਲਾਈਵ ਦੇ ਵਿੱਚ ਮਿਲਦੇ ਹਾਂ ਜੀ ਅਗਲੇ ਐਪੀਸੋਡ ਦੇ ਵਿੱਚ, ਸੋਮਵਾਰ ਅਤੇ ਵੀਰਵਾਰ 12:30 ਵਜੇ ਲਾਈਵ ਅਨਕੱਟ ਅਤੇ ਅਨਐਡਿਟ। ਯੰਗ ਵੀਰ ਨੂੰ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।